ਦਰ ਦਰ ਇਨਸਾਫ ਲਈ ਪੱਲਾ ਅੱਡ ਰਿਹਾ ਇਸ ਪਰਿਵਾਰ ਦਾ ਨੌਜਵਾਨ ਪੁੱਤਰ ਇੰਦਰਜੀਤ ਸਿੰਘ ਸੂਰਜ ਬੀਤੀ 9 ਜਨਵਰੀ 2018 ਤੋਂ ਲਾਪਤਾ ਹੈ। 10 ਮਿੰਟ ਵਿੱਚ ਆਇਆ ਕਹਿ ਕੇ 9 ਜਨਵਰੀ ਸ਼ਾਮ ਨੂੰ ਘਰੋਂ ਗਿਆ ਇੰਦਰਜੀਤ ਸਿੰਘ, ਅੱਜ ਕਰੀਬ 2 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਹਾਲੇ ਤੱਕ ਨਹੀਂ ਮੁੜਿਆ। ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਤੇ ਢਿੱਲੀ ਕਾਰਵਾਈ ਦੇ ਦੋਸ਼ ਲਗਾਏ ਜਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਿੱਧੇ ਤੌਰ ਤੇ ਇੰਦਰਜੀਤ ਦੇ 2 ਦੋਸਤਾਂ ਉੱਤੇ ਸ਼ੱਕ ਹੈ, ਕਿਉਂਕਿ ਜਦ ਇੰਦਰਜੀਤ ਘਰੋਂ ਨਿਕਲਿਆ ਤਾਂ ਉਹਨਾਂ ਦੋਹਾਂ ਦਾ ਹੀ ਫੋਨ ਆਇਆ ਸੀ, ਪਰੰਤੂ ਪੁਲਿਸ ਉਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਨਹੀਂ ਕਰ ਰਹੀ। ਸਾਡਾ ਭਾਣਜਾ 9 ਜਨਵਰੀ 2018 ਤੋਂ ਲਾਪਤਾ ਹੈ, ਜਿਹਨਾਂ ਕਿ ਅੱਜ ਤੱਕ 45 ਦਿਨਾਂ ਬਾਅਦ ਵੀ ਕੁਛ ਵੀ ਉਗ ਸੁੱਗ ਨਹੀਂ ਮਿਲੀ। ਪੁਲਿਸ ਪ੍ਰਸ਼ਾਸਨ ਕੋਲ ਜਾਣ 'ਤੇ ਵੀ ਸਾਨੂੰ ਸਿਰਫ ਲਾਰੇ ਹੀ ਮਿਲਦੇ ਹਨ, ਕੋਈ ਕਾਰਵਾਈ ਨਹੀਂ ਹੋ ਰਹੀ। ਸਿਰਫ ਇੱਕ ਕਾਰਵਾਈ ਨਾਂ 'ਤੇ FIR ਦਰਜ ਹੋਈ ਹੈ। ਜਦੋਂ ਅਸੀਂ ਕਹਿ ਰਹੇ ਹਾਂ ਕਿ ਸਾਨੂੰ 2 ਬੰਦੇ 'ਤੇ ਸ਼ੱਕ ਹੈ, ਉਹਨਾਂ ਬੰਦਿਆਂ ਨੂੰ ਸਖਤੀ ਨਾਲ ਕਾਰਵਾਈ ਕੀਤੀ ਜਾਵੇ, ਪੁੱਛ ਪੜਤਾਲ ਕੀਤੀ ਜਾਵੇ, ਕੋਈ ਪੁੱਛ ਪੜਤਾਲ ਨਹੀਂ ਹੋਈ। DSP ਆਪਣਾ ਕਮਿਸ਼ਨਰ ਉਹਦੇ ਕੋਲ ਵੀ ਜਾ ਆਏ ਹਾਂ, OSD ਕੋਲ ਵੀ ਚਿੱਠੀ ਦੇ ਆਏ ਹਾਂ ਅਸੀਂ, ਜਿਹਦੇ ਕਿ ਜਾਣਾ ਹੁੰਦਾ ਸਾਰੇ ਕੋਲ ਜਾ ਕੇ ਆਉਂਦੇ, ਪਰ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹਜੇ ਤੱਕ। ਵਿੱਚ ਵੋਟਾਂ ਆ ਗਈਆਂ, ਵੋਟਾਂ ਕਰਕੇ ਤਾਂ ਚੁੱਪ ਕਰਕੇ ਬੈਠੇ ਰਹੇ, ਪਰ ਮੇਨ ਗੱਲ ਹੈ ਵੀ ਜਿਹੜੇ ਸਾਨੂੰ 2 ਬੰਦੇ 'ਤੇ ਸ਼ੱਕ ਹੈ, ਉਹ ਬੰਦਿਆਂ ਨੂੰ ਸਖਤੀ ਨਾਲ ਲੈ ਕੇ ਕਾਰਵਾਈ ਕੀਤੀ, ਉਹਨਾਂ ਪੁੱਛ ਪੜਤਾਲ ਕੀਤੀ ਤਾਂ ਕਿ ਸਾਡਾ ਮੁੰਡਾ ਉਹਨਾਂ ਕੋਲ ਬਰਾਮਦ ਹੋ ਸਕੇ। ਸਾਨੂੰ ਸ਼ੱਕ ਨਹੀਂ, ਪੂਰਾ ਯਕੀਨ ਹੈ ਉਹਨਾਂ ਉੱਤੇ, ਉਹਨਾਂ ਮੁੰਡਿਆਂ ਕੋਲ ਹੀ ਸਾਡਾ ਮੁੰਡਾ ਬਰਾਮਦ ਹੋਣਾ ਹੈ। ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਹਾਂ। ਇਹਦੇ ਪਿਤਾ ਜੀ ਨੇ ਜੋ ਉਹਨਾਂ ਦੀ ਤਾਂ ਬੋਲਬਾਣੀ ਬੰਦ ਹੋ ਗਈ, ਉਹਨਾਂ ਦੀ ਆਵਾਜ਼ ਹੀ ਨਿਕਲਦੀ ਉਹਨਾਂ ਦੀ, ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੈ। ਮਾਤਾ ਹੈ ਉਹ ਵੀ ਰੋਈ ਜਾਂਦੀ ਹੈ, ਘਰ ਵਿੱਚ ਸਾਰਿਆਂ ਦਾ ਬੁਰਾ ਹਾਲ ਹੈ, ਰੋ ਰੋ ਕੇ ਸਾਰੇ ਪਾਗਲ ਹੋ ਗਏ ਹਨ। ਇਸ ਤੋਂ ਅੱਗੇ ਜੇ ਸਾਨੂੰ ਨਾ ਕੁਛ ਮਿਲਿਆ ਤਾਂ ਮੈਨੂੰ ਨਹੀਂ ਲੱਗਦਾ ਕਿ ਕੁਛ ਇਹਨਾਂ ਦੀ ਜ਼ਿੰਦਗੀ ਕੁਛ ਬਣ ਸਕੇਗਾ। ਇਸ ਸਿਲਸਿਲੇ ਵਿੱਚ ਪਰਿਵਾਰਕ ਮੈਂਬਰ ਇਨਸਾਫ ਦੀ ਗੁਹਾਰ ਲਗਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ OSD ਸਨੀ ਬਰਾੜ, ਵਿਧਾਇਕ ਸਿਮਰਜੀਤ ਸਿੰਘ ਬੈਂਸ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਸਮੇਤ ਪੁਲਿਸ ਕਮਿਸ਼ਨਰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ, ਪਰ ਹਾਲੇ ਤੱਕ ਉਹਨਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ। ਸਾਨੂੰ ਸ਼ੱਕ 2 ਮੁੰਡਿਆਂ ਦੇ, ਜਿਹੜੇ ਯਾਰ ਦੋਸਤ ਸੁਖਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ, ਜਿਨ੍ਹਾਂ ਦਾ ਮੇਨ ਹੱਥ ਵੀ ਹੈ, ਸਾਨੂੰ ਸ਼ੱਕ ਵੀ ਹੈ ਉਹਨਾਂ ਦੇ ਪੂਰਾ। ਸਵੇਰ ਤੋਂ ਉਹਨਾਂ ਦੇ ਫੋਨ ਆਉਂਦੇ ਰਹੇ ਨੇ, ਸ਼ਾਮ ਵੀ ਉਹਨਾਂ ਦੇ ਫੋਨ ਨੇ, ਸਾਡਾ ਮੁੰਡਾ ਵੀ ਉਹਨਾਂ ਨੂੰ ਫੋਨ ਕਰਦਾ ਸੀ, ਉਹਨਾਂ ਦੇ ਫੋਨ ਆਉਂਦੇ ਸੀ। 3 ਵਜੇ ਉਹ ਆ ਕੇ ਸਾਡੇ ਘਰੇ ਆਣ ਕੇ ਮੁੰਡੇ ਨੂੰ ਬਾਹਰ ਸੱਦ ਕੇ ਤਾਂ ਰਾਤ ਮੁਕਾ ਕੇ ਗਏ ਨੇ, ਜਿਹਦੇ ਵਿੱਚ ਮੁਹੱਲੇ ਵਾਲੇ ਨੇ ਸਾਨੂੰ ਇੰਨੀ ਗੱਲ ਕਹੀ ਹੈ। ਪਰ ਹੁਣ ਕੋਈ ਵੀ ਇਹ ਮੂਹਰੇ ਆ ਕੇ ਇਹ ਗੱਲ ਨਹੀਂ ਕਹਿਣ ਨੂੰ ਤਿਆਰ ਕਿ ਅਸੀਂ ਦੇਖਿਆ ਸੀ। ਹਾਂ, ਦੇਖਿਆ ਜ਼ਰੂਰ ਸੀ, ਉਹਨਾਂ ਨੇ ਆਪ ਵੀ ਮੰਨਦੇ ਨੇ ਕਿ ਅਸੀਂ ਆਏ ਸੀ, ਪਰ ਉਹ ਗੱਲਾਂ ਹੀ ਹੋਰ ਕਰਦੇ, ਨਾ ਸਾਨੂੰ ਕਰਦੇ। 2 ਰਾਤਾਂ ਸਾਡਾ ਮੁੰਡਾ ਉਹਦੇ ਘਰ ਰਹਿ ਕੇ ਵੀ ਆਇਆ ਸੀ, ਪਰ ਫਿਰ ਵੀ ਉਹਨੇ ਕੋਈ ਗੱਲ ਨਹੀਂ ਦੱਸੀ। ਉਦੋਂ HB ਸਾਹਿਬ ਨੇ ਉਹ ਤੋਂ ਸਵਾਲ ਵੀ ਕੀਤੇ ਸੀ ਕਿ ਤੁਹਾਡੇ ਨਾਲ ਕੀ ਗੱਲ ਹੋਈ, ਪਰ ਉਹਨੇ ਕੋਈ ਗੱਲ ਨਹੀਂ ਦੱਸਿਆ। AC ਸਾਹਿਬ ਨੇ ਕਿਹਾ ਸੀ ਇਹਨਾਂ ਸਖਤੀ ਨਾਲ ਕਾਰਵਾਈ ਕੀਤੀ ਜਾਵੇ, AC ਸਾਹਿਬ ਚੇਂਜ ਹੋ ਗਏ, SHO ਸਾਹਿਬ ਚੇਂਜ ਹੋ ਗਏ, ਹੁਣ ਨਵੇਂ ਆਏ ਨੇ, ਉਹਨਾਂ ਸਾਨੂੰ ਕਾਰਵਾਈ ਦਾ ਭਰੋਸਾ ਦਿੱਤਾ, ਪਰ ਹਜੇ ਤੱਕ ਸਾਡੀ ਕੋਈ ਕਾਰਵਾਈ ਨਹੀਂ ਹੋਈ ਹੈਗੀ। ਹਾਂਜੀ, ਉਹਨਾਂ ਦੇ OSD ਸਾਹਿਬ ਕੋਲ ਗਏ ਸੀ ਅਸੀਂ, ਉਹਨਾਂ ਨੂੰ ਅਸੀਂ ਬਕਾਇਦਾ ਲੈਟਰ ਲਿਖ ਕੇ ਦੇ ਕੇ ਆਏ, ਜਿਹਦੇ ਵਿੱਚ ਅਸੀਂ ਦੋਨਾਂ ਮੁੰਡਿਆਂ ਦੇ ਨਾਂ ਸੁਖਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨਾਂ ਲਿਖ ਕੇ ਦੇ ਕੇ ਆਏ ਵੀ ਇਹਨਾਂ ਨੂੰ ਸਖਤੀ ਨਾਲ ਕਾਰਵਾਈ ਕਰਕੇ ਪੁੱਛਿਆ ਜਾਵੇ ਕਿ ਸਾਡਾ ਮੁੰਡਾ ਇਹਨਾਂ ਕੋਲ ਬਰਾਮਦ ਕੀਤਾ ਜਾਵੇ। ਉਹਦਾ ਵੀ ਹਜੇ ਸਾਨੂੰ ਕੋਈ ਜਵਾਬ ਨਹੀਂ ਮਿਲਿਆ ਹੈਗਾ ਅੱਜ ਤੱਕ। ਸਾਡੀ ਅਗਲੀ ਕਾਰਵਾਈ ਇਹ ਹੈ ਵੀ ਹੁਣ ਸਾਨੂੰ ਤਾਂ ਸਮਝ ਨਹੀਂ ਲੱਗਦਾ, ਜਾਈਏ ਤਾਂ ਜਾਈਏ ਕਹਿੰਦੇ ਕੋਲੇ। ਦਾ ਗਿਆ ਹੈ 9 ਜਨਵਰੀ ਦਾ, ਅਤੇ ਅਸੀਂ ਤਾਂ ਇਨਸਾਫ ਮੰਗਦੇ ਹਾਂ। 12-1 ਦਾ ਮੁਕੱਦਮਾ ਵੀ ਦਰਜ ਹੋਇਆ, ਪਰ ਕੋਈ ਇਨਸਾਫ ਨਹੀਂ ਹੋਇਆ, ਉੱਥੇ ਬਸ ਲਾਰੇ ਹੀ ਲੱਗ ਰਹੇ ਨੇ। ਇਹ ਐਸ ਆਈ ਸਾਹਿਬ ਸਗੋਂ ਸਾਨੂੰ ਪੁੱਛਦੇ ਵੀ ਦੱਸੋ ਕੀ ਕੀਤਾ ਜਾਵੇ।
ਵੀ ਜਦਕਿ ਉਹ ਮੁਲਾਜ਼ਮ ਨੇ ਉਹਨਾਂ ਨੇ ਫੈਸਲਾ ਲੈਣਾ ਕਿ ਅਸੀਂ ਫੈਸਲਾ ਲੈਣਾ ਵਾ। ਫਿਰ ਜਦੋਂ ਅਸੀਂ ਕਹਿੰਦੇ ਵੀ ਹਾਂ ਵੀ ਦੋ ਮੁੰਡਿਆਂ 'ਤੇ ਸ਼ੱਕ ਆ ਵੀ ਉਹਨਾਂ 'ਤੇ ਕੋਈ ਉਹਨਾਂ 'ਤੇ ਐਕਸ਼ਨ ਨਹੀਂ ਲਿਆ ਜਾ ਰਿਹਾ, ਇਸ ਤਰ੍ਹਾਂ ਇਨਸਾਫ਼ ਦੀ ਮੰਗ ਕਰਦੇ ਹਾਂ। ਮੋਬਾਈਲ ਡੇਲ ਵਿੱਚ ਉਹ ਤਿੰਨਾਂ ਜਿਹੜੇ ਦੋ ਮੁੰਡੇ ਗੁਰਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਉਹਨਾਂ ਨਾਲ ਹੀ ਗੱਲਾਂ ਹੁੰਦੀਆਂ ਨੇ। ਸਵੇਰੇ 8:45 'ਤੇ ਮੁੰਡੇ ਗੁਰਪ੍ਰੀਤ ਸਿੰਘ ਫੋਨ ਕਰਦਾ ਉਹਨੂੰ, ਦੁਪਹਿਰੇ ਵੀ ਆਉਂਦੇ ਨੇ, ਸ਼ਾਮੀ ਲਾਸ਼ਟ 'ਤੇ ਸੁਖਵਿੰਦਰ ਸਿੰਘ ਨਾਲ ਗੱਲ ਹੁੰਦੀ ਆ 24 ਸੈਕਿੰਡ। ਉਹ ਕਹਿੰਦਾ ਵੀ ਕੁਛ ਨਹੀਂ, ਵੀ ਕੋਈ ਗੱਲ ਨਹੀਂ ਹੋਈ, ਜਦਕਿ ਕੋਈ ਨਾ ਕੋਈ ਗੱਲ ਤਾਂ ਹੋਈ ਹੋਣੀ ਆ, ਨਾ ਉਹਨਾਂ ਨਾਲ ਕੋਈ ਪੁੱਛਗਿੱਛ ਹੋ ਰਹੀ ਆ। ਉਹ ਜਾਂਦੇ ਨੇ, ਸ਼ਾਮ ਨੂੰ ਛੱਡਿਆ ਜਾਂਦਾ ਗਵਾਹੀ 'ਤੇ, ਕੋਈ ਮਤਲਬ ਪੈਰਵਾਈ ਨਹੀਂ ਪੈ ਰਹੀ, ਕੋਈ ਲੋਕੇਸ਼ਨ ਨਹੀਂ ਕਢਾਈ ਪੁਲਿਸ ਨੇ। ਉਹ ਆਪਣੇ ਉੱਥੇ ਉਹ ਬੈਂਕ ਦੇ ਕੋਲ ਆਪਣੇ ਗਲ ਰੋਡ 'ਤੇ ਆ ਰਹੀ ਸੀ, ਕੋਈ ਉੱਥੇ ਕੋਈ ਪੈਰਵਾਈ ਨਹੀਂ ਹੋਈ, ਕੁਛ ਨਹੀਂ ਉੱਥੇ, ਉਹ ਸਿਰਫ ਟਾਵਰ ਕਰਕੇ ਸ਼ੋਅ ਹੋਈ ਹੋਣੀ ਆ ਲੋਕੇਸ਼ਨ, ਬਾਕੀ ਪਤਾ ਨਹੀਂ ਕੀ ਉਹ। ਬਸ ਉਹਨਾਂ ਨੇ ਕੋਈ ਕਾਰਵਾਈ ਨਹੀਂ ਪਾਈ ਆਪਣੇ ਤੌਰ 'ਤੇ, ਸੀ ਸੀ ਟੀ ਵੀ ਫੁਟੇਜ 'ਤੇ ਕੁਛ ਨਹੀਂ ਮਿਲਿਆ ਆਪਾਂ ਨੂੰ।